ਗੁਰਬਾਣੀ ਜਿਹੜੀ ਗੱਲ ਕਰਦੀ ਹੈ ਉਹ ਗੁਰੂਆਂ ਵਾਸਤੇ ਕਰਦੀ ਹੈ ਜਿਹੜੇ ਮੌਕੇ ਦੇ ਗੁਰੂ ਨੇ, ਉਹਨਾਂ ਨੂੰ ਗਾਈਡ ਕਰਦੀ ਹੈ ਗੁਰਬਾਣੀ। ਪਬਲਿਕ ਨੂੰ ਕੀ ਗਾਈਡ ਕਰਨਾ, ਪਬਲਿਕ ਨੂੰ ਗਾਈਡ ਕਰਨ ਵਾਲੇ ਆਦਮੀ ਹੈਗੇ ਨੇ, ਪਬਲਿਕ ਨੂੰ ਗਾਈਡ ਕਰਨ ਵਾਲੇ ਆਦਮੀ ਨੇ, ਮਾੜੇ ਵੀ ਨੇ ਚੰਗੇ ਵੀ ਨੇ। ਉਹ ਜਿਹੜੇ ਗਾਈਡ ਗਲਤ ਕਰ ਰਹੇ ਨੇ ਚੰਗੇ ਆਦਮੀ, ਉਹਨਾਂ ਨੂੰ ਗਾਈਡ ਕਰਦੀ ਹੈ ਗੁਰਬਾਣੀ। ਤੁਸੀਂ ਇਹਨੂੰ ਪਤਾ ਨਹੀਂ ਕੀ ਹੈ, ਜੋ ਤਾਂ ਤੁਹਾਨੂੰ ਸਮਝ ਨਹੀਂ ਆ ਵੀ ਧਰਮ ਹੁੰਦਾ ਕੀ ਹੈ, ਤੁਹਾਨੂੰ ਇਹੀ ਨਹੀਂ ਪਤਾ ਵੀ ਧਰਮ ਕੀ ਹੈ। ਫਿਰ ਉਹ ਸਾਰੇ ਧਰਮਾਂ ਦੇ ਵਿੱਚ ਜਿਹੜੀਆਂ ਕਮੀਆਂ ਨੇ, ਉਹ ਕਮੀਆਂ ਵੱਲ ਉਂਗਲੀ ਕਰ ਰਹੀ ਹੈ ਗੁਰਬਾਣੀ। ਧਰਮ ਦਾ ਪ੍ਰਚਾਰ ਕੌਣ ਕਰ ਰਹੇ ਨੇ? ਜਾਂ ਜਿਹੜੇ ਲੋਕ ਧਰਮ 'ਤੇ ਚੱਲਣਾ ਚਾਹੁੰਦੇ ਨੇ, ਧਰਮ ਨੂੰ ਅਡੋਪਟ ਕਰਨਾ ਚਾਹੁੰਦੇ ਨੇ, ਜਾਂ ਅਡੋਪਟ ਕਰ ਰੱਖਿਆ ਉਹਨਾਂ ਨੂੰ ਕੁਛ ਮਿਲ ਨਹੀਂ ਰਿਹਾ, ਦੁਖੀ ਨੇ, ਉਹਨਾਂ ਵਾਸਤੇ ਹੈ ਗੁਰਬਾਣੀ। ਜਿਨ੍ਹਾਂ ਨੇ ਧਰਮ ਦਾ ਮਤਲਬ ਹੀ ਕੋਈ ਨਹੀਂ, ਲੈਣਾ ਨਹੀਂ ਦੇਣਾ ਨਹੀਂ, ਉਹਦੇ ਵਾਸਤੇ ਨਹੀਂ ਹੈ ਪਬਲਿਕ। ਉਹ ਹੈ ਜਿਹੜੀ ਪਬਲਿਕ ਹੈ ਉਹਦੇ ਵਾਸਤੇ ਗੁਰਬਾਣੀ ਦੀ ਇੱਕ ਲਾਈਨ ਹੈ, ਅਸੰਖ ਮੂਰਖ ਅੰਧ ਘੋਰ। ਜਿਹੜੇ ਮੂਰਖ ਅੰਧ ਘੋਰ ਨੇ ਉਹਨਾਂ ਵਾਸਤੇ ਗੁਰਬਾਣੀ ਕੀ ਕਹੇ, ਉਹ ਤਾਂ ਮੂਰਖ ਅੰਧ ਘੋਰ ਨੇ। ਉਹਨਾਂ ਵਾਸਤੇ ਕਹਿੰਦੇ ਜਿੱਥੇ ਬੋਲੇ ਹਾਰੀਏ ਤਿੱਥੇ ਚੰਗੀ ਚੁੱਪ। ਕਬੀਰ ਕਹਿੰਦਾ ਜਿੱਥੇ ਕੋਈ ਮੰਨਣ ਵਾਲਾ ਗੱਲ ਹੈ ਨਹੀਂ, ਤੁਹਾਡੀ ਸੁਣਨ ਵਾਲਾ ਹੈ ਨਹੀਂ, ਉੱਥੇ ਆਪਣਾ ਬੋਲੀ ਦਾ ਨਹੀਂ ਹੁੰਦਾ, ਉੱਥੇ ਗੱਠੜੀ ਖੋਲੀ ਦੀ ਨਹੀਂ ਹੁੰਦੀ। ਕਬੀਰਾ ਰਾਮ ਪਦਾਰਥ ਪਾਏ ਕੇ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਜਿੱਥੇ ਨਾ ਸ਼ਹਿਰ ਹੈ, ਨਾ ਉਹ ਸ਼ਹਿਰ 'ਚ ਕੋਈ ਗਾਹਕ ਹੈ, ਨਾ ਉਹਦਾ ਕੋਈ ਮੁੱਲ ਤਾਰਨ ਵਾਲਾ ਸਮਝਦਾ, ਉੱਥੇ ਤੁਸੀਂ ਪਬਲਿਕ ਖਾਤਰ, ਮੈਂ ਇਹ ਗੱਲ ਕਰੂੰ, ਤੁਸੀਂ ਅਸਲ ਧਰਮ ਦਾ ਕੰਸੈਪਟ ਸੁਣਿਆ ਹੀ ਨਹੀਂ ਹੈ। ਪਹਿਲਾਂ ਇਹਨੂੰ ਸੁਣੋ, ਸਮਝੋ, ਫਿਰ ਸਵਾਲ ਕਰੋ ਮੇਰੇ ਨਾਂ ਕੇ, ਤਾਂ ਤੁਹਾਨੂੰ ਪਤਾ ਲੱਗੂ। ਮੈਂ ਗਾਈਡ ਕਰ ਰਿਹਾ ਦੁਨੀਆ ਜਿੱਥੇ ਉਹਨੂੰ ਮਰਨ ਨੂੰ ਫਿਰਦੀ ਹੈ, ਇਹਨੂੰ ਬਚਾਉਣਾ ਕਿਵੇਂ ਹੈ? ਜਿਹਨਾਂ ਨੇ ਬਚਣਾ ਬਾਜਣ, ਨਹੀਂ ਬਚਣਾ ਖਤਮ ਨੂੰ ਖਾਣ। ਵਰਲਡ ਆਰਡਰ ਹੈ, ਜਿਨ੍ਹਾਂ ਦਾ ਵਰਲਡ ਆਰਡਰ ਹੈ ਉਹਨਾਂ ਨੇ ਫਸਾ ਤੇ। ਦੁਨਿਆਵੀ ਅਕਲ ਨੇ ਜੋ ਜਿੱਥੇ ਲੈ ਕੇ ਜਾਣਾ ਤਾ ਉਹ ਫਸਾ ਤੇ, ਫਸਾਉਣ ਵਾਲੀ ਅਕਲ ਹੈ ਦੁਨਿਆਵੀ। ਫਾਂਸਣ ਕੀ ਵਿਧ ਸਭ ਕੋ ਜਾਣੇ, ਫਸਾਉਣ ਵਾਲੀ ਅਕਲ ਸਾਰੇ ਕੋਲ ਹੈ। ਜਿਹੜਾ ਮਰਜ਼ੀ ਬਣ ਜਾਓ ਗੁਰੂ, ਫਸਾ ਸਕਦਾ ਔਰ ਜਾ ਸਕਦਾ, ਅਤੇ ਫਸਾਉਣ ਵਾਲੇ ਤਾਂ ਸਾਰੇ ਜਾਣਦੇ ਨੇ। ਕੋਈ ਸੰਤ ਬਣ ਜਾਓ, ਝੂਠੇ ਬੋਲਣਾ, ਝੂਠ ਬੋਲ ਕੇ ਫਸਾਈ ਜਾਊ। ਛੁੱਟਣ ਕੀ ਵਿਧੀ ਇੱਕ ਹੈ, ਫਾਂਸਣ ਕੀ ਵਿਧੀ ਸਭ ਕੋ ਜਾਣੇ। ਜਿੰਨੀਆਂ ਵਿਧੀਆਂ ਨੇ ਫਸਾਉਣ ਵਾਲੀਆਂ ਨੇ ਸੰਤਾਂ ਦੀਆਂ ਆਪਣੀਆਂ ਆਪਣੀਆਂ, ਇੱਕ ਵਿਧੀ ਛੁੱਟਣ ਦੀ ਵੀ ਹੈ, ਉਹ ਆ ਗੁਰਮਤਿ ਵਾਲੀ ਵੇਦ ਦੇ ਵਿੱਚ ਸੱਚ ਦਾ ਮਾਰਗ। ਛੁੱਟਣ ਕੀ ਇੱਕ, ਇੱਕੋ ਵਿਧੀ ਹੈ ਛੁੱਟਣ ਦੀ, ਉਹ ਕੋਈ, ਉਹ ਕੋਈ ਕੋਈ ਜਾਣਦਾ ਬਿਰਲਾ, ਉਹ ਜਾਣਦਾ ਕੋਈ ਹੈ।
ਹੁਣ ਫਸਾਉਣ ਵਾਲੀਆਂ ਵਿਧੀਆਂ ਫਸੇ ਹੋਏ, ਗੁਰਬਾਣੀ ਕਹਿੰਦੀ ਹੈ ਜਿਹੜੇ ਫਸੇ ਆਦਮੀ ਨੇ ਫਸੇ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਨਹੀਂ ਕਹੀਦਾ ਹੁੰਦਾ, ਜਿਹੜੇ ਨਿਕਲਣਾ ਚਾਹੁੰਦੇ ਨੇ ਜਿਹਨੇ ਦਵਾਈ ਖਾਣੀ ਓ ਨਹੀਂ ਪਰਹੇਜ਼ ਰੱਖਣਾ ਹੀ ਨਹੀਂ ਉਹਦੇ ਨਾਲ ਮਗਜ਼ ਨਹੀਂ ਮਾਰੀਦਾ ਹੁੰਦਾ, ਉਹਦੇ ਖਾਤਰ ਨਹੀਂ ਹੈ ਗੁਰਬਾਣੀ ਹੈ। ਗੁਰਬਾਣੀ ਉਹਨਾਂ ਖਾਤਰ ਹੈ ਜਾਂ ਤਾਂ ਜਿਹੜੇ ਕਬੀਰ ਵਰਗੇ ਫਸ ਕੇ ਰਾਹ ਮਿਲਦਾ ਨਹੀਂ ਗਾਹਾਂ ਦਾ, ਜਾਂ ਉਹ ਰਾਹ ਚਾਹੁੰਦੇ ਨੇ ਮਿਲਦਾ ਨਹੀਂ ਕਿਤੋਂ ਭੱਜੇ ਫਿਰਦੇ ਨੇ, ਉਹਨਾਂ ਨਾਲ ਗੱਲ ਹੈ, ਉਹੀ ਮੰਨਦੇ ਹੁੰਦੇ ਨੇ ਉਹਨਾਂ ਦੇ ਮਤਲਬ ਦੀ ਗੱਲ, ਉਹ ਤਾਂ ਕਹਿੰਦੀ ਆ ਗੁਰਬਾਣੀ ਕਹਿੰਦੇ ਹੈਨ ਬਿਰਲੇ ਨਾ ਹੀ ਘਣੇ, ਮੇਰੇ ਮਤਲਬ ਤਾਂ ਬਿਰਲੇ ਆਦਮੀ ਨੇ ਸੰਸਾਰ 'ਚ ਬਹੁਤ ਹੈ ਨਹੀਂ। ਤੂੰ ਪਬਲਿਕ ਦੀ ਗੱਲ ਕਰੀ ਜਾਂਦਾ, ਪਬਲਿਕ ਦੀ ਗੱਲ ਕਰਦੇ ਨੇ ਉਹ ਠੱਗ ਫਸਾਉਣ ਵਾਲੀ ਵਿਧੀਆਂ ਵਾਲੇ, ਇਹ ਪਬਲਿਕ ਦੀ ਗੱਲ ਨਹੀਂ ਹੈ ਸਾਡੇ ਵਾਲੀ, ਇਹ ਜਿਹਨੇ ਕੁਛ ਕਰਨਾ ਉਹਦੇ ਵਾਸਤੇ ਹੈ। ਜਿਹੜੇ PhD ਹੁੰਦੀ ਆ ਉਹ ਸਾਰਿਆਂ ਵਾਸਤੇ ਨਹੀਂ ਹੁੰਦੀ, ਮੇਰੇ ਕੋਲ ਤਾਂ PhD ਹੈ ਸਾਰਿਆਂ ਵਾਸਤੇ, ਫਿਰ ਸਾਰਿਆਂ ਵਾਸਤੇ ਪ੍ਰਾਇਮਰੀ ਸਕੂਲ ਵੀ ਨਹੀਂ ਹੈ, ਪ੍ਰਾਇਮਰੀ ਵੀ ਨਹੀਂ ਜਾਂਦੀ ਸਾਰੀ ਦੁਨੀਆ ਜਿੰਨੇ ਜੰਮੇ ਨੇ, ਇਹ ਤੋਂ ਥੱਲੇ ਤਾਂ ਪ੍ਰਾਇਮਰੀ ਤੋਂ ਕੁਛ ਵੀ ਨਹੀਂ ਹੁੰਦਾ, ਸਾਰਿਆਂ ਵਾਸਤੇ ਤਾਂ ਉਹ ਵੀ ਨਹੀਂ ਹੈ। ਫਿਰ ਉਹ ਪਬਲਿਕ ਦੀ ਗੱਲ, ਪਬਲਿਕ ਵਾਸਤੇ ਨਹੀਂ ਹੈ ਧਰਮ, ਪਬਲਿਕ ਦੋ ਤਲੇ ਨੇ, ਪਹਿਲੀ ਗੱਲ ਪੁੰਨ ਪਾਪ, ਪੁੰਨ ਪਾਪ ਦੋਨੋਂ ਭਾਈ ਦੋ ਭਾਈ ਨੇ, ਦੋਹੂੰ ਮਿਲ ਕੇ ਸਿਰਟ ਭਾਈ, ਦੋ ਭਾਈ ਨੇ, ਇੱਕ ਚੰਗਾ ਇੱਕ ਮਾੜਾ, ਉਹ ਦੋਵਾਂ ਨੇ ਮਿਲ ਕੇ ਦੋ ਧੜੇ ਹੋ ਗਏ ਚੰਗਿਆਂ ਦਾ ਮਾੜਿਆਂ ਦਾ, ਫਿਰ ਅੱਧੇ ਤਾਂ ਮਾੜੇ ਹੀ ਹੋ ਗਏ, ਉਹਨਾਂ ਖਾਤਰ ਤਾਂ ਗੁਰਬਾਣੀ ਹੈ ਹੀ ਨਹੀਂ, ਤੂੰ ਪਬਲਿਕ ਦੀ ਗੱਲ ਕਰੀ ਜਾਂਦਾ। ਉਹ ਤਾਂ ਵਿਰੋਧ 'ਚ ਖੜੇ ਨੇ, ਫਿਰ ਜਿਹੜੇ ਫਸਾਉਣ ਵਾਲੇ ਨੇ ਚੰਗਿਆਂ 'ਚੋਂ, ਹੁਣ ਚੰਗਿਆਂ 'ਚੋਂ ਆ ਜਾਓ, ਵਿਰੋਧ 'ਚ ਖੜੇ ਨੇ ਧਰਮ ਸੱਚ ਦੇ, ਉਹ ਵੀ ਸਾਰੇ ਨਿਕਲ ਗਏ। ਇੱਥੇ ਤਾਂ ਕੋਟਨ ਵੇ ਨਾਨਕ ਹੋਊਗਾ, ਕਰੋੜਾਂ ਜਾਂ ਥੋੜ੍ਹੇ ਹੀ ਹੁੰਦੇ ਨੇ, ਹੁਣ ਕਿੰਨਾ ਚਿਰ ਦੇ ਆਪਾਂ ਪਾਏ ਹੋਏ ਨੇ। ਮੈਂ ਜਿਹੜੀ ਪਾਈ ਸੀ ਉਹਨੂੰ ਵੀਡੀਓ, ਜੇ ਮੈਂ ਤੇਰੇ ਲਈ ਪੁੱਛੀ ਸੀ ਰਾਏ, ਉਹਨਾਂ ਨੇ ਮੰਨ ਲਈ, ਮੈਨੂੰ ਤਾਂ ਚਲੋ ਕੋਈ ਮਤਲਬ ਨਹੀਂ ਮੰਗੇ ਨੇ, ਯਾਨੀ ਮੰਨ ਲਈ, ਉਹਨਾਂ ਦੇ ਫਾਇਦੇ ਦੀ ਕਹੀ ਸੀ, ਮੈਂ ਮਾੜੀ ਕਹੀ ਸੀ ਵੀ ਭਾਈ ਹਿੰਦੂਤਵ ਵਾਲੀ ਗੱਲ ਛੱਡ ਦਿਓ, ਇਹ ਤੁਹਾਨੂੰ ਡੋਬ ਦੂਗੀ, ਡੋਬਤਾ ਫਿਰ ਇਹਨੇ, ਉਹ ਹਟੇ ਨਹੀਂ ਡੋਬਤਾ, ਜੇ ਮੰਨ ਲੈਂਦੇ ਵੱਜ ਜਾਂਦੇ, ਨਹੀਂ ਮੰਨੀ ਫਿਰ ਡੋਬਤਾ। ਮੈਂ ਤਾਂ ਉਹ ਯੁਧਿਸ਼ਠਿਰ ਹੈ, ਜੇ ਪੁੱਛਣ ਆ ਗਿਆ ਤਾਂ ਉਹਨੂੰ ਸੱਚ ਦੱਸਣਾ, ਮੈਂ ਤਾਂ ਗਲਤ ਰਹਿ ਦੇ ਨਹੀਂ ਸਕਦਾ। ਯੁਧਿਸ਼ਠਿਰ ਦਾ ਮਤਲਬ ਪੁੱਛਣ ਆਇਆ, ਚਾਹੇ ਦੁਸ਼ਮਣ ਵੀ ਹੈ, ਜਦੋਂ ਪੁੱਛਣ ਆ ਗਿਆ ਮੈਂ ਕਿਵੇਂ ਬਚੂੰ, ਜਾਂ ਉਹਨੇ ਭੇਜ ਦੇ ਤਾਂ ਰਾਏ ਮੰਗ ਲਈ ਮੋਦੀ ਨੇ, ਤਾਂ ਮੈਂ ਤਾਂ ਉਹਦੇ ਆਪਣੀ ਇਮਾਨਦਾਰੀ ਨਾਲ ਦੇਣੀ ਹੈ ਵੀ ਆਹ ਰਾਹ ਤੂੰ ਬਚ ਸਕਦਾ, ਉਹ ਬਚੇ ਨਾ ਬਚੇ ਇਹ ਉਹਦੀ ਮਰਜ਼ੀ ਹੈ। ਇਸ ਕਰਕੇ ਸੁਣਨੀ ਔਰ ਮੰਨਣ 'ਚ ਬਹੁਤ ਫਰਕ ਹੈ। ਉਹ ਕਿਵੇਂ, ਉਹ ਰਾਜ ਇਸ ਗੱਲ ਦਾ ਕਰਦਾ,
ਉਹਨੂੰ ਵੋਟਾਂ ਹੀ ਇਸ ਗੱਲ ਦੀਆਂ ਮਿਲਦੀਆਂ ਨੇ। ਜੇ ਹਿੰਦੂਤਵ ਦਾ ਏਜੰਡਾ ਚਲਾਉਂਦਾ ਤਾਂ ਵੋਟਾਂ ਮਿਲਦੀਆਂ ਨਹੀਂ, ਕੁਰਸੀ ਨਹੀਂ ਮਿਲਦੀ, ਉਹਦੀ ਇਹ ਮਜਬੂਰੀ ਹੈ। ਉਹ ਹਿੰਦੂਤਵ ਦੇ ਏਜੰਡਾ ਉਹਦੀ ਮੌਤ ਵੀ ਹੈ, ਮੌਤ ਕਬੂਲ ਹੈ ਪਰ ਕੁਰਸੀ ਛੱਡਣੀ ਕਬੂਲ ਨਹੀਂ। ਠੀਕ ਹੈ ਭਾਈ, ਤੇਰਾ ਫੈਸਲਾ, ਤੈਨੂੰ ਜੋ ਕਬੂਲ ਹੈ। ਵਿਨਾਸ਼ ਕਾਲ ਹੈ, ਵਿਪਰੀਤ ਬੁੱਧੀ ਹੈ, ਸਦਾ ਨਾਂ ਹੈ। ਰਾਵਣ ਨੂੰ ਪਤਾ ਸੀ ਜੇ, ਫਿਰ ਉਹਨੇ ਕੀਤਾ ਕਿ ਉਹ ਰਾਮ ਨਾਲ ਪੰਗਾ, ਇੱਥੇ ਹੁਣ ਹਟਦੇ ਨੇ, ਹੁਣ ਹਟਦੇ ਨੇ, ਸਭ ਪਤਾ ਹੀ ਹੁੰਦਾ ਵੀ ਆ ਰਹਾ ਮੈਂ ਜਾਣਾ ਵੀ ਮੇਰੀ ਅੱਗੇ ਮੌਤ ਹੈ। ਲੋਕ ਚਿੱਟਾ ਖਾਂਦੇ ਨੇ, ਹਟਦੇ ਨੇ, ਸਭ ਪਤਾ ਨਹੀਂ। ਅੱਤਵਾਦੀ ਪਤਾ ਹੀ ਹੈ, ਹਟਦੇ ਨੇ, ਹਟਦਾ ਕੋਈ ਵੀ ਨਹੀਂ, ਸੁਣਦੇ ਸਭ ਨੇ, ਹੁਣ ਨਹੀਂ ਲੋਕ ਮੰਨਦੇ ਇਹ ਗੱਲ, ਹੁਣ ਲੋਕ ਸਮਝਦੇ ਨੇ ਗੱਲ ਨੂੰ ਬਈ ਜਿਹੜੀ ਹੈ ਨਾ ਹੋਣ ਹਾਰ ਇਹ ਨਹੀਂ ਟਲਦੀ। ਪਹਿਲਾਂ ਕਹਿੰਦੇ ਤੇ ਨਾ ਕਰਮਗਤੀ ਟਾਰੇ ਨਹੀਂ ਡਰੀ, ਕਰਮਗਤੀ ਹੈ ਜੋ ਆਦਮੀ ਸੋਚ ਹੈ ਸਾਡੀ, ਜਿਹਨੂੰ ਅਸੀਂ ਵੱਧ ਰਹੇ ਹਾਂ ਇਹ ਕਰਮਗਤੀ ਹੈ। ਰਾਹ ਛੱਡਣਾ ਬਹੁਤ ਔਖਾ, ਰਾਹ ਬਦਲਣਾ ਬਹੁਤ ਔਖਾ, ਪਰ ਜਿਹੜੀ ਢੋਲ ਗਲ 'ਚ ਪੈ ਗਿਆ ਉਹ ਵਜਾਉਣਾ ਉਹੀ ਹੈ। ਸੁਣਦੇ ਨੇ, ਸਮਝਦੇ ਨੇ ਧਰਮ ਦੀਆਂ ਗੱਲਾਂ, ਪਰ ਕਰਦੇ ਫਿਰ ਉਹੀ ਰਾਹ ਉਹੀ ਜਾਂਦੇ ਜਿਹੜੇ ਜਾ ਰਹੇ ਨੇ ਡੁੱਬਣ, ਨਾਲੇ ਪਤਾ ਡੁੱਬਣ ਵਾਲਾ ਰਾਹ ਹਟਦਾ ਕੋਈ, ਬਸ ਇੱਦਾਂ ਹੀ ਆਪਣੇ ਸੁਭਾਅ ਸਭ ਕੁਝ ਚੱਲੇ, ਆਪਣੇ ਸੁਭਾਅ ਮੁਤਾਬਕ ਹੀ ਚੱਲਦੀ ਹੈ ਦੁਨੀਆ। ਤੁਸੀਂ ਕੀ ਕਹੋਗੇ ਇਹਨਾਂ ਨੂੰ, ਜੋ ਮਰਜ਼ੀ ਕਹੀਓ, ਪਰ ਆਪਣੇ ਆਪ ਨੂੰ ਬਦਲਣਾ ਆਪਣੇ ਆਪ ਦੇ ਮਰਨ ਬਰਾਬਰ ਹੈ। ਬਦਲ ਗਿਆ ਜੇ ਮਰ ਗਿਆ, ਜਿਉਂਦੇ ਮਰਨਾ ਹੈ ਆਪਣੇ ਆਪ ਨੂੰ ਬਦਲਣਾ, ਮਰੇ ਬਿਨਾਂ ਨਹੀਂ ਬਦਲ ਹੁੰਦਾ ਸੁਭਾਅ, ਸੁਭਾਅ ਬਦਲ ਲਿਆ ਮਰ ਗਿਆ। ਐਡਾ ਔਖਾ ਹੈ, ਜਿਹਨੇ ਸੁਭਾਅ ਬਦਲ ਲਿਆ ਜੀਵਨ ਮੁਕਤੀ ਮਿਲ ਗਈ, ਉਸੇ ਨੂੰ ਜੀਵਨ ਮੁਕਤੀ ਮਿਲੀ ਹੈ ਜਿਹਨੇ ਧਰਮ ਵਾਲਾ ਸੁਭਾਅ ਅਪਣਾ ਲਿਆ। ਉਹ ਜਿਹੜਾ ਧਰਮ ਦੇ ਵਿਰੋਧੀ ਸੁਭਾਅ ਛੱਡਤਾ, ਉਹ ਮੰਨ ਗਿਆ, ਜਿਹਨੇ ਨਹੀਂ ਮੰਨਿਆ ਉਹ ਰੁੜ ਗਿਆ, ਉਹ ਬੇਤਾਲਣੀ ਨਦੀ 'ਚ ਰੁੜ ਗਿਆ। ਇਹ ਬੇਤਾਲਣੀ ਹੈ ਆਪਣੀ ਜੋ ਕਲਪਨਾ, ਜਿਹੜੀ ਸਾਡੀ ਆਪਣੀ ਇੱਛਾ ਹੈ ਨਾ, ਇੱਛਾਵਾਂ ਦੀ ਨਦੀ, ਇਹ ਬੇਤਾਲਣੀ ਹੈ। ਅਕਲ ਦੀ, ਗਊ ਦੀ, ਆ ਜਿਹੜੀ ਵਿਵੇਕ ਬੁੱਧੀ ਦੀ ਪੂੰਝ ਫੜ ਕੇ ਹੈ, ਇਹਦੇ ਬਿਨਾਂ ਕਿਵੇਂ ਤਰੀ ਜਾਊ। ਗੋ ਗੋ ਮੈਨੇ ਕੀ ਆ, ਬੁੱਧ ਬੁੱਧ ਤਾਂ ਹੀ ਤਰੂ ਜਾਂ ਤਲ ਨਾਲ ਜਾਣਦੀ ਹੈ, ਜੇ ਤਲ ਵਾਲੀ ਬੁੱਧ ਹੀ ਨਹੀਂ ਹੈ ਡੁੱਬਣ ਵਾਲੀ ਹੈ। ਫਿਰ ਉਹ ਗਾਇ ਜਿਉਂਦੀ ਤਾਰੂਗੀ, ਪੱਥਰ ਦੀ ਨਹੀਂ ਤਾਰ ਸਕਦੀ, ਪੱਥਰ ਦੀ ਤਾਰ ਤੋਂ ਪਹਿਲਾਂ ਤਾਂ ਪੱਥਰ ਦੀ ਬਣਾਈ ਹੋਈ ਹੈਗਾ ਜਿਹਨੂੰ ਪੂਜਦੇ ਨੇ, ਉਹ ਤਾਂ ਆਪ ਡੁੱਬੂ, ਉਹ ਤਾਂ ਜੇ ਨਹੀਂ ਡੁੱਬਦੇ ਤਾਂ ਵੀ ਲੈ ਕੇ ਡੁੱਬ ਜੂ। ਪੱਥਰ ਦੀ ਗਾਇ ਫੜ ਲੈ, ਜੇ ਤੂੰ ਤਰ ਵੀ ਜਾਏਗਾ ਨਾ ਹੱਥ ਪੈਰ ਮਾਰ ਕੇ ਤਾਂ ਵੀ ਤੈਨੂੰ ਲੈ ਕੇ ਡੁੱਬ ਜੂ।
ਜੇ ਤੂੰ ਤਰਨ ਜੋਗਾ ਵੀ ਆ, ਤੇਰੀ ਮੱਤ ਮਾੜੀ ਮੋਟੀ ਚੰਗੀ ਹੈ, ਤੇਰੀ ਵੀ ਮਾਰ ਦੇਣੀ ਉਹਨੇ। ਇੱਥੇ ਇਹਦੇ ਬਾਹਰ ਨਿਕਲ ਪਹਿਲਾਂ, ਫਿਰ ਮੈਨੂੰ ਸਵਾਲ ਕਰੀ। ਮੈਂ ਉੱਥੇ ਬੋਲਦਾ, ਉਹਨਾਂ ਵਾਸਤੇ ਬੋਲਦਾ ਜਿਹਨਾਂ ਨੂੰ ਮੇਰੀ ਲੋੜ ਹੈ, ਬਾਕੀ ਤਾਂ ਥੱਲੇ ਰੌਲਾ ਪਾਉਣ ਵਾਲੇ ਬਥੇਰੇ ਨੇ। ਉਹ ਆਪਣੀ ਆਪਣੀਆਂ ਦਵਾਈਆਂ ਦੱਸਣ ਵਾਲੇ ਦੁਨੀਆ ਨੂੰ ਬਥੇਰੇ ਨੇ। ਸਵਾਲ ਹੈ ਹੀ ਨਹੀਂ ਕੋਈ।